ਦਾ ਦੂਜਾ ਹੈਗਾ, ਲੇਕਿਨ ਇਸ ਤੋਂ ਪਹਿਲਾਂ ਕਲਹਿਰੇ ਵੀ ਹੋਇਆ ਸੀ। ਮੈਂ ਸਮਝ ਨਹੀਂ, ਸਭ ਤੋਂ ਪਹਿਲਾਂ ਲਹਿਰੇ ਹੋਇਆ ਸੀ, ਫਿਰ ਉਸ ਤੋਂ ਬਾਅਦ ਅਸੀਂ ਪਿਛਲਾ ਜਿਹੜਾ ਹੁਣ ਕੀਤਾ ਸੀ, ਇਹ ਤੀਜਾ ਹੈ, ਉਹ ਪਿਛਲੇ ਸਾਲ ਤੋਂ ਪਿਛਲੇ ਸਾਲ ਹੋਇਆ ਸੀ। ਇਹਦਾ ਤਕਰੀਬਨ ਤੁਸੀਂ ਪਹੁੰਚੇ ਰੁਜ਼ਗਾਰ ਮੇਲਾ, ਉਹਨਾਂ ਦਾ ਵਿਸਤਾਰ ਦਾ ਮੇਲਾ, ਅਤੇ ਹੋਰ ਕਿਸੇ ਕਿਸਮ ਦਾ ਪੁਰਾਣਾ ਮੇਲਾ, ਖੇਡ ਮੇਲਾ, ਰੁਜ਼ਗਾਰ ਮੇਲਾ, ਸਰਕਾਰ ਜਿਹੜੀ ਇਹਨਾਂ ਨੂੰ ਇਹਦੇ ਵਿੱਚ ਉੱਥੇ ਪ੍ਰਾਈਵੇਟਾਈਜੇਸ਼ਨ ਨੂੰ ਬਾਹਰਲੇ ਮੁਲਕ ਵਾਲੀ ਤਬਦੀਲ ਹੈ। ਆਪਾਂ ਸਾਰੇ ਸਮਝਦੇ ਹਾਂ ਕਿ ਬੜੇ ਟੈਲੈਂਟਡ ਸਨ ਬੱਚੇ ਹੁੰਦੇ ਆ, ਉਹ ਆਪ ਟੈਲੈਂਟ ਦੋਵਾਂ ਤਿੰਨਾਂ ਐਵਰੇਜ ਮੈਂ ਦੇਖੀ, ਉਹ ਐਵਰੇਜ ਉਹਨਾਂ ਨੇ ਇਨਰੋਲ ਕਰਦੇ ਆ, ਸਿਲੈਕਟ ਕਰਦੇ ਆ, ਉਸ ਤੋਂ ਬਾਅਦ ਜਿਹੜੀਆਂ ਸਾਡੇ ਬੇਰੁਜ਼ਗਾਰ ਬੱਚੇ ਬੱਚੀਆਂ ਨੇ ਸਾਡੇ, ਇਹ ਤੁਹਾਨੂੰ ਸਾਰਿਆਂ ਨੂੰ ਪਤਾ ਸਾਡਾ ਜਿਹੜਾ ਮੁਲਕ ਦਾ ਜੋਬ ਫੇਅਰ ਸੀਗਾ ਦੁਆਰ ਆਈ ਆ ਅਸੀਂ ਕਰਨ ਵਾਸਤੇ ਹਲਕੇ ਦਾ ਜਿਹੜਾ ਹਲਕੇ ਦੀ ਕਾਫੀ ਜਿਹੜੇ ਕੁਆਂਟਿਟੀ ਦੇ ਵਿੱਚ ਕਾਫੀ ਜ਼ਿਆਦਾ ਸਾਡੇ ਜਿਹੜੇ ਬੇਰੁਜ਼ਗਾਰ ਬੱਚੇ ਬੱਚੀਆਂ ਨੇ ਇਹਦਾ ਲਾਭ ਲੈਣ ਵਾਸਤੇ ਆਏ ਨੇ। ਕਿੰਨੀਆਂ ਕੰਪਨੀਆਂ ਦੇ ਆਏ ਨੇ? ਅੱਜ ਤਕਰੀਬਨ 14 ਕੰਪਨੀਆਂ ਨੇ। ਕਿੰਨੇ ਸਟੂਡੈਂਟ ਨੇ ਜਿਹੜੇ ਹੁਣ ਤੱਕ ਤੁਸੀਂ ਦੇ ਲੈਟਰ ਦੇ? ਦੇਖੋ ਹਾਲੇ ਇਸ ਵਾਰੀ ਅਨੀਸ਼ਲ ਸਟੇਜ ਹੁੰਦਾ ਡੀਲਿੰਗ ਦਾ ਡੇ, ਕਿਉਂਕਿ ਨਾ ਉੱਥੇ ਹਾਈ ਸਟੇਜ ਸੀਗਾ, ਉੱਥੇ ਡੇਟ ਆਉਣ ਲੱਗੇ ਨੇ ਬੱਚੇ, ਉੱਥੇ ਸਾਡੇ ਨਾਲ ਸ਼ੁਰੂ ਕਰਤਾ ਸੀਗਾ। ਸੋ ਜਦ ਤੱਕ ਆਪਾਂ ਟੀਚਰ ਸਾਹਿਬ ਤੋਂ ਉਹ ਕਰਾਇਆ, ਉਦੋਂ ਤੱਕ ਕਦੀ ਚਾਰ ਕੁ ਦੀ ਰਜਿਸਟ੍ਰੇਸ਼ਨ ਸੀਗੀ, ਅਤੇ ਬਸ ਉਹ ਡੈਟ ਗੋਇੰਗ ਆਨ, ਅਤੇ ਆਈ ਹੋਪ ਕਿ ਤਕਰੀਬਨ ਜਿਹੜਾ ਅੱਜ ਤੋਂ ਜਿਹੜੀ ਸਾਡੀ ਇੱਥੇ ਫੁੱਟਬਾਲ ਆ ਜਾਂ ਜਿਹੜੇ ਬੇਰੁਜ਼ਗਾਰ ਨੌਜਵਾਨ 1000 ਤੋਂ ਜ਼ਿਆਦਾ ਆਉਣਗੇ, ਅਤੇ ਉਸ 600 ਤੋਂ 700 ਦੇ ਵਿੱਚ ਜਿਹੜਾ ਰੁਜ਼ਗਾਰ ਕੁਛ ਵੀ ਚੈੱਕ ਕਰਨ ਦੇ ਵਿੱਚ ਕਾਮਯਾਬ ਹੋਣਾ। ਮੇਰਾ ਨਾਮ ਅਰਮਦੀਪ ਸਿੰਘ ਜੀ, ਮੇਰਾ ਗ੍ਰੈਜੂਏਸ਼ਨ ਆਪਣਾ ਕੁਆਲੀਫਿਕੇਸ਼ਨ ਡਿਪਲੋਮਾ ਜੀ ਇਲੈਕਟ੍ਰੀਕਲ ਦਾ, ਅਤੇ ਅਸੀਂ ਪ੍ਰੋਟੈਕਟ ਪਲੇਸਮੈਂਟ ਲੈਂਦੇ
ਅਤੇ ਸਾਨੂੰ ਉਹਨਾਂ ਨੇ ਕਿਹਾ ਵੀ ਦੋ ਕੰਪਨੀਆਂ ਨਾਲ ਸਾਡਾ ਟਾਈਅਪ ਆ, ਇੱਕ ਤਾਂ ਦੁਬਈ ਦੇ ਵਿੱਚ, ਇੱਕ ਸਾਡਾ ਚੰਡੀਗੜ੍ਹ ਦੇ ਵਿੱਚ। ਅਤੇ ਉਹ ਤੋਂ ਪਹਿਲਾਂ ਕਹਿੰਦੇ ਟਾਈਅਪ ਹੋਣ ਤੋਂ ਪਹਿਲਾਂ ਕਹਿੰਦੇ ਸੋਚੋ ਅਸੀਂ 5700 ਰੁਪਏ ਦਾ ਮੈਡੀਕਲ ਹੋਊਗਾ, ਉਹ ਚੰਡੀਗੜ੍ਹ ਹੋਊਗਾ 32 ਵੀ ਉਹ 'ਚ 32 ਸੈਕਟਰ 'ਚ ਹੋਊਗਾ, ਅਤੇ 1000 ਰੁਪਏ ਕਹਿੰਦੇ ਸਾਡੀ ਰਜਿਸਟ੍ਰੇਸ਼ਨ ਹੋਊਗਾ। ਕਹਿੰਦੇ ਅਸੀਂ 7000 ਰੁਪਏ ਅਸੀਂ ਪਹਿਲਾਂ ਲੈ ਕੇ, ਉਹਦੇ ਬਾਅਦ ਤੁਹਾਨੂੰ ਕੰਪਨੀ 2 ਦਿਨਾਂ ਬਾਅਦ ਮੇਲ ਕਰੂਗੀ ਵੀ ਉਦੋਂ ਬਾਅਦ ਤੁਹਾਨੂੰ ਦੇਖਾਂਗੇ ਵੀ ਰਿਕੁਆਇਰਮੈਂਟ ਹੈਗੀ ਹੈ ਕਿ ਨਾ। ਉਹ ਵੀ ਅੱਗੇ ਹਜੇ ਕੋਈ ਪੱਕਾ ਨਹੀਂ ਕਨਫਰਮ, ਉਹ ਮੈਡੀਕਲ 'ਤੇ ਰਜਿਸਟ੍ਰੇਸ਼ਨ ਕਰਾ ਕੇ ਉਦੋਂ ਬਾਅਦ ਹੀ ਗੱਲ ਹੈ। ਹੈ ਜੀ, ਕਿੰਨੇ ਦਿਨ ਹੋ ਗਏ? ਸਾਨੂੰ ਅੱਜ 2 ਦਿਨ ਹੋ ਗਏ। ਪਹਿਲਾਂ ਮਤਲਬ ਕਿ ਕਈ ਦਿਨਾਂ ਤੋਂ ਕਹਿ ਰਹੇ ਨੇ ਵੀ ਇੱਥੇ ਲੱਗੂਗਾ ਜੀ ਮੇਲਾ, ਮੈਨੂੰ ਤਾਂ ਲੱਗਦਾ ਨਹੀਂ ਵੀ ਕੋਈ ਮੇਲੇ ਵਾਲੀ ਗੱਲ ਤਾਂ ਹੈ ਨਹੀਂ ਜੀ। ਹਰੇਕ ਕੰਪਨੀ ਕਹਿੰਦੇ ਜੀ, ਜਾਂ ਇੱਕ ਹੋਰ ਸੀ ਉਹਨਾਂ ਦੀ ਵਾਲੀ, ਉਹਨਾਂ ਦਾ ਆਪਦਾ ਉਹ ਆ ਆਪਣਾ ਨੈਟਵਰਕ ਸਿਸਟਮ ਆ ਜੀ ਉਹ। ਤੁਹਾਨੂੰ ਕੀ ਲੱਗਦਾ, ਇੱਕ ਪਾਸੇ ਕਹਿ ਰਹੀ ਆ ਵੀ ਮੇਲੇ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਦਿੱਤਾ ਜਾ ਰਿਹਾ, ਤੁਸੀਂ ਕੀ ਸਮਝਦੇ ਹੋ? ਮੈਂ ਸਮਝ ਰਿਹਾ ਜੀ ਇਹ ਕੋਈ ਮੇਲਾ ਤਾਂ ਇੱਕ ਇਹਨਾਂ ਦਿਖਾਵਾ ਹੀ ਜੀ, ਤਾਂ ਇੱਕ ਵੋਟਾਂ ਲੈਣ ਦਾ ਦਿਖਾਵਾ ਜੀ, ਕੋਈ ਮੇਲਾ ਨਹੀਂ ਹੈਗਾ ਜੀ। ਇਹ ਤਾਂ ਇੱਕ ਆਪਾਂ ਨੂੰ ਪਾਗਲ ਬਣਾਉਣ ਵਾਲਾ ਲੋਕਾਂ ਨੂੰ ਜੀ, ਬੇਰੁਜ਼ਗਾਰ ਇੰਨੇ ਹੋਏ ਵੀ ਤੁਹਾਨੂੰ ਪਤਾ ਰੁਜ਼ਗਾਰ ਮੇਲੇ 'ਚ ਘੱਟੋ ਘੱਟ 1000-2000 ਰੁਪਏ ਸਟੂਡੈਂਟ ਆਉਂਦੇ ਜੀ। ਸਰਕਾਰ ਦੇ ਦਬਾਅ ਚ ਹੀ ਆ ਰਹੀ ਨੇ ਜੀ ਕੋਈ ਕੰਪਨੀ, ਮਤਲਬ ਕਿ ਐਡੀ ਮਰਜ਼ੀ ਲੈ ਜਾਕੇ। ਵੇਖੋ ਗੁਰਪ੍ਰੀਤ ਸਿੰਘ ਸਰ ਮੇਰਾ ਨਾਮ ਆ, ਤੇ ਜਿੱਦ ਤੱਕ ਸਰ ਰੁਜ਼ਗਾਰ ਮੇਲੇ ਦੀ ਗੱਲ ਆ, ਜਿਹੜਾ ਵੀ ਪ੍ਰੋਸੈਸ ਚੱਲ ਰਿਹਾ ਜਿੱਦ ਤੱਕ ਸਾਨੂੰ ਲੱਗ ਰਿਹਾ, ਜਿਵੇਂ ਆਪਣਾ ਇਹ ਰਿਜ਼ਿਊਮ ਦੇ ਕੇ ਅੱਗੇ ਇੰਟਰਵਿਊ ਲਈ ਬੁਲਾਉਂਦੇ ਨੇ, ਜਿਹੜਾ ਆਪਣੇ ਕੰਪਨੀ ਬੈਠੇ ਜਿਵੇਂ ਫੋਰਐਵਰ ਲਿਵਿੰਗ ਕੰਪਨੀ ਹੋ ਗਈ, ਉਹਨਾਂ ਲਈ ਬੁਲਾਉਂਦੇ ਨੇ, ਉਹਨਾਂ ਲਈ ਸਰ ਕੋਈ ਰਿਜ਼ਿਊਮ ਦੀ ਲੋੜ ਨਹੀਂ, ਕੋਈ ਕੁਛ ਦੀ ਲੋੜ ਨਹੀਂ, ਬੰਦਾ ਡਾਇਰੈਕਟ ਵੀ ਆਪਦਾ ਜੋਬ ਲੈ ਸਕਦਾ। ਇਹ ਸਾਰਾ ਪ੍ਰੋਸੈਸ ਫਿਲਹਾਲ ਅਸੀਂ ਤੰਗ ਹੀ ਹੋਏ ਹਾਂ, ਹੋਰ ਦਾ ਕਿਸੇ ਅਸੀਂ ਕੁਛ ਕਹਿ ਨਹੀਂ ਸਕਦੇ। ਥੈਂਕ ਯੂ।